ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕਮ ਜੀ। ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਤੇ ਆਬਾਦ ਰੱਖੇ, ਹਸਨ ਮੁਸਕਰਾਨਾ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਂਦੇ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫ਼ਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟ ਲਾਜ਼ਮੀ ਕਰੋ। ਅਤੇ ਬਾਕੀ ਕੱਲ੍ਹ ਜਿਹੜੇ ਕਬੂਤਰ ਉੱਡੇ ਨੇ ਉਹ ਸਟਾਰਟਿੰਗ ਪੁਆਇੰਟ ਉਹਨੇ ਅਸੀਂ ਰਿਕਾਰਡ ਕੀਤਾ ਅਗਲੇ ਦਿਨ, ਅਤੇ ਬਾਕੀ ਉਹ ਕਬੂਤਰ ਬਹਿਣੇ ਦੀ ਮੋਹਰਾਂ ਲਾਉਣੇ ਦੀ ਵੀਡੀਓ ਤੁਸੀਂ ਦੇਖੋ, ਤੁਹਾਨੂੰ ਚੰਗੀ ਲੱਗੇਗੀ। ਕਬੂਤਰ 10 ਡਾਏ, ਇੱਕ ਕਬੂਤਰ ਦੀ ਪੈਨਲਟੀ ਲਈ ਉਸਤਾਦਾਂ ਨੇ, ਠੀਕ ਹੈ। ਅਤੇ 10 ਵਿੱਚੋਂ 8 ਹੀ ਕਬੂਤਰ ਬੈਠ ਸਕੇ ਨੇ, ਉਹਨਾਂ 8 ਕਬੂਤਰਾਂ ਨਾਲ 59 ਘੰਟੇ ਅਤੇ ਕੁਝ ਮਿੰਟ ਬਣੇ ਨੇ। ਅਤੇ ਬਾਕੀ ਅਗਲੀ ਫੀਡ ਵਾਸਤੇ ਵੀ, ਯਾਨੀ ਕਿ ਕੱਲ੍ਹ ਵਾਸਤੇ ਦੁਆ ਕਰਿਓ, ਕਿਉਂਕਿ ਹੁਣ ਕੱਲ੍ਹ ਹੀ ਅਗਲੀ ਫੀਡ 'ਤੇ ਅਤੇ ਵੀਡੀਓ ਹੁਣ ਅਸੀਂ ਆਖਿਆ ਐਡੀਟਿੰਗ ਕਰਕੇ ਅਪਲੋਡ ਕਰ ਦਿੰਦੇ ਹਾਂ। ਕੱਲ੍ਹ ਜਿਹੜਾ ਐਡੀਟਿੰਗ ਨਹੀਂ ਕਰ ਸਕੇ, ਰਾਤੀ ਲੇਟ ਜਾਇਆ ਮੇਰੇ ਤੋਂ ਬਾਅਦ, ਉਹ ਤੁਸੀਂ ਵੀਡੀਓ ਪੂਰੀ ਦੇਖੋ ਅਤੇ ਉਸ ਤੋਂ ਬਾਅਦ ਅੱਲਾ ਦੁਆਲੇ ਹੋ ਜਾਵਾਂਗੇ। ਅਤੇ ਦੁਆਵਾਂ ਯਾਦ ਰੱਖਿਓ। ਹੈ ਜੀ ਉਮਰ ਬਾਈ, ਹੈ ਜੀ ਉਮਰ ਜੀ, ਅਤੇ ਠੀਕ ਹੈ ਤੁਸੀਂ ਵੀਡੀਓ ਦੇਖੋ, ਤੁਹਾਡਾ ਜ਼ਿਆਦਾ ਟਾਈਮ ਜ਼ਾਇਆ ਨਹੀਂ ਕਰਨ 'ਤੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਉਸਤਾਦ ਚੌਧਰੀ ਹੁਰਮ ਛੱਤ, ਪੀਰ ਫਵਾਦ ਜ਼ੀਮ, ਅਮਰਾ ਕਲਾਂ। ਇਹ ਪਹਿਲੇ ਕਬੂਤਰ ਮੋਰ ਲੱਗਣ ਲਈ ਦੂਸਰੇ ਕਬੂਤਰ ਨੂੰ ਮੋਰ ਲੱਗਣ ਲਈ, ਤੀਜੇ ਕਬੂਤਰ ਚੌਥੇ ਕਬੂਤਰ ਨੂੰ ਮੋਰ ਲੱਗਣ, ਪੰਜਵੇਂ ਕਬੂਤਰ ਨੂੰ, ਛੇਵਾਂ ਕਬੂਤਰ, ਸੱਤਵਾਂ ਕਬੂਤਰ, ਅੱਠਵਾਂ ਕਬੂਤਰ, ਨੌਵਾਂ ਕਬੂਤਰ, ਦਸਵਾਂ ਕਬੂਤਰ। ਇਹ ਦੋਸਤੋ ਭਰਾਓ 4 ਮਾਦੀਆਂ ਨੇ, ਇਹਨਾਂ ਨੂੰ ਮੋਹਰਾਂ ਲੱਗ ਗਈਆਂ ਨੇ। ਅਤੇ ਇਹ ਦੋਸਤੋ ਭਰਾਓ ਇਹ ਡਬਲ ਮੋਹਰ ਕਬੂਤਰ, ਅਤੇ ਬਾਕੀ ਇਹ 6 ਨਰਾਂ ਨੂੰ ਮੋਹਰਾਂ ਲੱਗੀਆਂ ਨੇ। 4 ਮਾਦੀਆਂ, ਇੱਕ ਦੀ ਅੱਜ ਪ੍ਰੰਟੀ ਲਈ ਉਸਤਾਦਾਂ ਨੇ, ਅਤੇ ਅੱਜ 10 ਪਰਿੰਦੇ, 6 ਨਰ ਅਤੇ 4 ਮਾਦੀਆਂ ਮੋਹਰਾਂ ਲੱਗ ਗਈਆਂ ਨੇ ਨਾ। ਅਤੇ ਕਿਹੜੀ ਛੱਤ ਦੀ ਤਰਫੋਂ ਆਇਓ? ਠੀਕ ਹੈ। ਅਤੇ ਇੱਕ ਕਬੂਤਰ ਦੀ ਅੱਜ ਪ੍ਰੰਟੀ ਲਈ ਹੈ, ਅਤੇ ਟੋਟਲ 10 ਡਾਏ ਨੇ ਨਾ ਅੱਜ। ਅਤੇ ਹੋ ਕੇ ਦੁਆ ਕਰਿਓ ਅੱਲਾ ਦੇ ਵਾਲੇ। ਤਾਲੀ ਨਹੀਂ ਦੇਣਾ।
ਟਾਈਮ ਵੇਖ ਲਓ ਜੀ, 31 ਸੈਕਿੰਡ। ਮੈਂ ਦੋਸਤੋ ਭਰਾਓ ਦੂਜਾ ਕਬੂਤਰ ਬਹਿਣੇ ਦੇ ਬਿਲਕੁਲ ਕਰੀਬ ਹੈ। ਟਾਈਮ ਵੇਖ ਲਓ ਜੀ, 8 ਸੈਕਿੰਡ। ਜ਼ਬਾਨੀ ਕੈਮਰਾ ਫਿਰਨੇ ਤੇ ਧੁੱਪ ਪੈਂਦੀ, ਅੱਖਾਂ ਤੇ ਸੂਰਜ ਹੈ ਸਾਹਮਣੇ, ਲਿਖਣ ਦੀ ਵੀਡੀਓ ਬਣ ਰਹੀ ਹੈ, ਠੀਕ ਹੀ ਹੋਵੇਗੀ। ਮਾਸ਼ਾਅੱਲਾ ਜੀ, ਇਹ ਤੀਜਾ ਕਬੂਤਰ ਬਹਿ ਗਿਆ। ਟਾਈਮ ਦੱਸ ਦਿਓ ਜੀ, 11:16। ਇਹ ਦੋਸਤੋ ਭਰਾਓ ਇੱਕ ਕਬੂਤਰ ਬੈਠਣ ਦੇ ਬਿਲਕੁਲ ਕਰੀਬ ਆਏ ਆ। ਇਹ ਅੱਜ ਦਾ ਚੌਥਾ ਕਬੂਤਰ ਹੈ ਅਤੇ ਇਹਦੇ ਖੱਬੇ ਪਰ ਥੱਲੇ ਰਹੋਗੇ, ਇਹ ਇਹਦਾ ਮਤਲਬ ਹੈ ਕਿ ਮਾਦੀ ਹੈ। ਇਹ ਦੋਸਤੋ ਭਰਾਓ ਇੱਕ ਮਾਦੀ ਬਹਿੰਦੀ ਹੈ ਵੀ ਇੱਧਰ ਹੈ, ਮਮਟੀ ਦੇ ਉੱਲੇ ਹੋਈ ਹੈ। ਇਹ ਦੋਸਤੋ ਭਰਾਓ ਲੱਗਦਾ ਇਰਾਦਾ ਕਰ ਲਿਆ ਇਹਨੇ ਬਹਿਣ ਦਾ, ਅਤੇ ਨਾਰ ਪਿਆ ਪੈਂਦਾ। ਪਹਿਲਾਂ ਮਾਦੀ ਟਰਾਈ ਕਰਦੀ ਰਹੀ, ਉਹ ਹੀ ਹੈ ਫਿਰਦੀ ਹੈ ਵੀ ਉਹ ਵੀ ਬਹਿਣ ਲਈ ਬਿਲਕੁਲ। ਟਾਈਮ ਦੇਖ ਲਓ ਜੀ, 11:27 ਅਤੇ 55 ਸੈਕਿੰਡ। 55 ਯਾਰਾਂ 28:02
11:28 ਲੋ ਜੀ ਲੱਗਦਾ ਕਬੂਤਰ ਨੇ ਇਰਾਦਾ ਕਰ ਲਿਆ ਬਹਿਣ ਦਾ। ਮਾਸ਼ਾਅੱਲਾ ਜੀ ਬਿਲਕੁਲ ਬੈਠਣ ਦੇ ਕਰੀਬ ਹੋ ਗਿਆ। ਕਿਤਨੇ ਮਿੰਟ? 47 ਦੋਸਤੋ ਭਰਾਓ, ਇੱਕ ਕਬੂਤਰ ਹੋਰ ਬਹਿਣ ਦੇ ਬਿਲਕੁਲ ਕਰੀਬ ਆਏ ਆ ਅਤੇ ਪੱਖਾ ਲੱਗੇ ਆ, ਸ਼ੋਰ ਹੋ ਰਿਹਾ ਹੋਣਾ ਜੀ, ਦੀ ਮਾਜ਼ਰਤ ਚਾਹੁੰਦੇ ਹਾਂ। ਗਰਮੀ ਵੀ ਬੜੀ ਹੈ ਨਾ, ਫਿਰਦਾ ਆਏ ਰਹੇ। ਦੋਸਤੋ ਤੇ ਭਰਾਓ, ਇੱਕ ਮਾਦੀ ਹੋਰ ਬਹਿਣ ਦੇ ਬਿਲਕੁਲ ਕਰੀਬ। ਗੋਲ ਗੇੜੀ ਰੱਖੀ ਛੋਟੀ ਜੀ, ਅੱਗੇ 7 ਪਰਿੰਦੇ ਬਹਿ ਗਏ ਨੇ, 8ਵਾਂ ਆ ਬਹਿੰਦਾ ਪਿਆ। ਟਾਈਮ ਵੇਖ ਲਓ, 12:51 ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਉਸਤਾਦ ਚੌਧਰੀ ਹੁਰਮ ਛੱਤ ਪੀਰ ਫਵਾਦ ਜ਼ੀਮ ਅਮਰਾ ਕਲਾਂ। ਹੈ ਵਾਪਸੀ ਦੇ ਮੋਹਰਾਂ ਚੈੱਕ ਕਰਾ ਕੇ ਅਤੇ ਕੱਟਣੇ ਆ ਪਏ। ਇਹ ਦੂਜੇ ਕਬੂਤਰ ਦੀ ਮੋਹਰ, ਇਹ ਤੀਜੇ ਕਬੂਤਰ ਦੀ ਮੋਹਰ, ਇਹ ਚੌਥੇ ਕਬੂਤਰ ਦੀ ਮੋਹਰ, ਇਹ ਪੰਜਵੇਂ ਕਬੂਤਰ ਦੀ ਮੋਹਰ। ਉਰਲੇ ਪਤਾ ਨਹੀਂ, ਇਹ ਦੋਸਤੋ ਭਰਾਓ 5 ਨਾਰ ਨੇ, ਇਹਨਾਂ ਦੀਆਂ ਮੋਹਰਾਂ ਚੈੱਕ ਹੋ ਗਈਆਂ ਨੇ ਅਤੇ ਬਾਕੀ ਉੱਧਰ 3 ਮਾਦੀਆਂ ਬੈਠੀਆਂ ਨੇ ਅੱਜ, ਉਹਨਾਂ ਦੀ ਵੀਡੀਓ ਜਾ ਕੇ ਬਣਾਉਂਦੇ ਹਾਂ, ਨਾਲੇ ਮੋਹਰਾਂ ਕਟਾਉਂਦੇ ਹਾਂ। ਇਹ 6ਵੀਂ ਮਾਦੀ ਜਿਹੜਾ ਨੇ, ਇਹਦੀ ਮੋਹਰ ਪੇ ਕਟਾਉਂਦੇ ਹਾਂ। ਇਹ 7ਵੀਂ ਮਾਦੀ, 8ਵੀਂ ਮਾਦੀ ਜਿਹੜਾ ਨਾ, 8ਵੀਂ, ਅਤੇ ਅੱਜ 8 ਪਰਿੰਦੇ ਬੈਠੇ ਨੇ ਸਿਰਫ, 3 ਮਾਦੀਆਂ ਅਤੇ 5 ਨਾਰ, ਅਤੇ 8 ਡਾਏ, 10 ਡਾਏ ਹੋਏ ਨਾ, ਇੱਕ ਦੀ ਪਰੰਟੀ ਲਈ ਹੋਈ, ਅਤੇ ਬਾਕੀ ਇਹ ਭਾਈ ਹੋਰੀ ਮੁਸਤਫਾ ਆਏ ਨੇ। ਹਾਂ ਜੀ ਭਾਈ ਜੀ, ਮੋਹਰਾਂ ਸ਼ੋਰਾਂ ਚੈੱਕ ਕਰਕੇ ਕੱਟ ਲਈਆਂ ਜੇ ਜੀ, ਕੱਟ ਲਈਆਂ ਮੋਹਰਾਂ। ਅਤੇ ਬਾਕੀ ਕਿਹੜੀ ਛੱਤ ਦੀ ਤਰਫੋਂ ਆਇਓ ਤੁਸੀਂ? ਮੀਆਂ ਫਰੂਕ 3 ਚੱਕ ਤੋਂ। ਮੀਆਂ ਫਰੂਕ 3 ਚੱਕ ਤੋਂ, ਅਤੇ ਦੋਸਤੋ ਭਰਾਓ ਅਗਲੀਆਂ ਫੜਕਾਂ ਵਾਸਤੇ ਦੁਆ ਕਰਿਓ ਅਤੇ ਅੱਲਾ ਦੇ ਵਾਲੇ।